भवानीगढ़ च अज वड्डी गिनती च फलां ते सब्जियां वेचण वालियां ने प्रशासन खिलाफ जोरदार नारेबाजी की। पटियाला चंडीगढ़ नैशनल हाईवे ते सब्जियां सुट के प्रदर्शन किया। सब्जी वेचण वालियां दा आरोप है कि पुलिस ने कुछ सब्जी वेचण वालियां नाल कुटमार की क्योंकि वह अपनियां दुकानां खोल के बैठे सन, जिसके चलदियां नाराज दुकानदारां ने अज कोई सब्जी नहीं खरीदी ते बाजार चो सारियां सब्जियां चुक के मेन हाईवे ते सुट दित्तियां। उन्होंने कहा कि जदों तक प्रशासन इन्हां पुलिस दोषियों खिलाफ कार्रवाई नहीं करेगी वो अपना प्रदर्शन जारी रखेंगे। केस रोल विच लाया जी, कल नूं जे लैके गए ने मुंडे बंदे लैके गए ने जी, कुट के लैके गए ने, कुट के ही तारे ने जी उन्होंने, तो उत्थे सारे नूं अंदर करता जी। निके 10-15 बंदे सीगे, निके 7-8 साल दा मुंडे नूं भी कुटिया जी। की कहना चाहुंदे तुसीं सरकार नूं कि किस गल करके कुटे गए ने वो बंदे? वह कहते भी असी भी 4 बजे तुहानूं टाइम दित्ता भी 4 बजे खोलनी है, भी असी कपड़े पाए सीगे उपर ते सानू फड़ के उसे कुट कुट के लैके गए ने जी। किस कोई पता लग्या भी की नाम सी उस बंदे दा जिहड़ा कुट के लैके गया? कोई ऐसा ही सी, भोला भोला सिंह है जी, जगदेव सिंह है जी, जगदेव जगदेव सिंह है जी। पहले सानू इहदा सवाल करिया सी थाने खड़े, तुसीं क्यों नहीं उदों बोले हैगे जदों पुछा गया सी? अज तुसी रोड भी जाम किया गया, प्रशासन तो की मंगा रखी? सानू ओही टाइम देना 7 to 5 की कारण जिहड़ियां ਸਬਜ਼ੀਆਂ ਨੇ ਜਿਹੜੀਆਂ ਕੀ ਕਾਰਨ ਹੈ, ਮਤਲਬ ਕਿ ਵੀ ਜਿਹੜਾ ਅਸੀਂ 9 ਵਜੇ ਰੇੜੀ ਲੱਗਦੀ ਹੈ ਜੀ, 9 ਵਜੇ 9:30 ਆ ਕੇ ਵਧਾ ਦਿੰਦੇ ਨੇ, ਕਹਿੰਦੇ ਬੰਦ ਕਰੋ ਜੀ ਬੰਦ ਕਰੋ ਜੀ। ਸਵੇਰੇ ਜਦੋਂ ਅਸੀਂ ਦੁਕਾਨਾਂ ਖੋਲਦੇ ਨਹੀਂ 9 ਤੋਂ ਸ਼ਾਮ ਨੂੰ ਆ ਕੇ ਜੀ ਆੜਤੀਆਂ ਨੇ ਵੀ ਪੈਸੇ ਮੰਗਣੇ ਆਉਂਦੇ, ਅਸੀਂ ਵੱਟੇ ਵੱਟਦੇ ਨਹੀਂ ਹੈਗੇ, ਉਹ ਸੌਦਾ ਵੀ ਖਰਾਬ ਹੋ ਜਾਂਦਾ ਜੀ, ਸਾਨੂੰ ਵੀ ਦੇਣਾ ਆ, ਆੜਤੀਆਂ ਨੂੰ ਵੀ ਦੇਣੇ, ਅਸੀਂ ਘਰੇ ਵੀ ਖਾਣੇ ਜੀ। ਤੁਹਾਡੇ ਵੱਲੋਂ 1000 ਰੁਪਏ ਦੇ ਜਿਹੜੀਆਂ ਸਬਜ਼ੀਆਂ ਬਰਬਾਦ ਕਰੀਆਂ ਗਏ ਨੇ ਉਹਦੇ ਬਾਰੇ ਕੀ ਕਹੋਗੇ? ਸਾਡੇ ਅਸੀਂ ਰੋਜ਼ ਹੀ ਡੇਲੀ ਬਰਬਾਦ ਕਰਦੇ ਜੀ, ਡੇਲੀ ਮੈਂ ਘੱਟੋ ਘੱਟ 3-4 ਦਿਨ ਦੀ ਹੋ ਗਈ ਜੀ, 10,000 ਰੁਪਇਆ ਮੈਂ ਖਰਾਬ ਕਰਤਾ ਜੀ, ਸੌਦਾ ਰੋਜ਼ ਹੀ ਸੁੱਟਦਾ ਜੀ। ਇੰਨੇ ਚੰਗਾ ਵੀ ਆਹੀ ਸਾਰੇ ਨੇ ਅੱਜ ਇਹੀ ਗੱਲ ਕਰੀਏ ਵੀ ਆਪਾਂ ਅੱਜ ਮੰਡੀ ਬੰਦ ਰੱਖਣੀ ਹੈ, ਜਿਹੜਾ ਜ਼ਿਮੀਂਦਾਰ ਦਾ ਸੌਦਾ ਹੈਗਾ ਆਪਾਂ ਖਰੀਦ ਕੇ ਆਪਾਂ ਉੱਥੇ ਜਾਣਾ ਹੈਗਾ ਬਲੈਰ ਰੋਡ 'ਤੇ, ਉੱਥੇ ਆਪਾਂ ਢੇਰੀ ਲਾ ਦੇਣਾ। ਡੇਲੀ ਸੀ 5-7 ਦਿਨ ਹੋ ਗਏ ਸਾਨੂੰ ਰੋਜ਼ ਸਬਜ਼ੀ ਫਰੂਟ ਜਿਹੜਾ ਸਾਡਾ ਟਾਈਮ ਸਵੇਰੇ 5 to 9 ਆਈ, ਜਦੋਂ ਅਸੀਂ ਫਰੂਟ ਵਗੈਰਾ ਸਬਜ਼ੀ ਵਗੈਰਾ ਲਗਾਉਂਦੇ ਹਾਂਗੇ ਸਵੇਰੇ, ਉਹਦੀ ਪੁਲਿਸ ਬੰਦ ਕਰਵਾਉਣ ਵਾਸਤੇ ਆ ਜਾਂਦੀ ਆ। ਉਸ ਤੋਂ ਬਾਅਦ ਪੁਲਿਸ ਕਹਿੰਦੀ ਆ ਵੀ ਚਲੋ ਤੁਸੀਂ ਕੱਪੜਾ ਪਾ ਕੇ ਰੱਖੋ ਅਤੇ ਚਲੋ ਵੇਚੀ ਜਾਓ ਮਾੜਾ ਮੋਟਾ ਜਿੰਨਾ ਕੁ ਵਿਕਦਾ ਵੀ। ਹੁਣ ਇਹ ਗੱਲ ਪੁਲਿਸ ਕਹਿੰਦੀ ਹੈ? ਪੁਲਿਸ ਨੇ ਕਿਹਾ ਜੀ ਕਿ ਕੱਪੜਾ ਪਾ ਕੇ ਰੱਖੋ ਉੱਪਰ। ਫਿਰ ਕੱਲ੍ਹ ਜਿਹੜਾ ਕੁੱਟਿਆ ਗਿਆ ਮਤਲਬ ਕਿ ਪੁਲਿਸ ਵੱਲੋਂ ਕੁੱਟਿਆ ਗਿਆ, ਉਹ ਵੀ ਪੁਲਿਸ ਨਹੀਂ ਕੁੱਟਿਆ? ਪੁਲਿਸ ਨਹੀਂ ਕੁੱਟਿਆ ਜੀ, ਅਤੇ ਸਾਡਾ ਜਿਹੜਾ 9 ਟਾਈਮ ਘੱਟ ਸੀਗਾ ਅਤੇ ਸ਼ਾਮ ਨੂੰ 4 to 6 ਸੀਗਾ ਤਕਰੀਬਨ ਜਦੋਂ ਟਾਈਮਿੰਗ ਸੀ ਸ਼ਾਮ ਦੀ, ਜਦੋਂ ਕੁੱਟਮਾਰ ਹੋਈ ਸਾਡੇ ਨਾਲ ਚੱਕਿਆ ਗਿਆ ਤਾਂ ਸਾਨੂੰ 3:30 ਦਾ ਟਾਈਮ ਸੀ, 3:15 ਵਜੇ ਦਾ। ਹਜੇ ਅਸੀਂ ਘਰੋਂ ਆ ਕੇ ਹਜੇ ਤਕਰੀਬਨ ਆਏ ਸੀਗੇ, ਆ ਕੇ ਹਜੇ ਕੋਈ ਖੜੇ ਸੀਗੇ, ਕੋਈ ਕਿਸੇ ਕਈਆਂ ਨੇ ਸਮਾਨ ਚੱਕ ਰੱਖਿਆ ਸੀਗਾ ਅਤੇ ਕੱਪੜਾ ਵਗੈਰਾ ਚੱਕ ਰਹੇ ਸੀ। ਮੈਂ ਖੁਦ ਘਰੋਂ ਆਇਆ ਸੀਗਾ ਅਤੇ ਸਮਾਨ ਚੱਕਣ ਲੱਗਿਆ ਅਤੇ ਹਜੇ 1-2 ਗੁੱਛੇ ਕੇਲਾਂ ਟੰਗੀ ਸੀ ਨਾਲ ਦੀ, ਇਹਨਾਂ ਨੇ ਪੁਲਿਸ 'ਚ ਬਿਠਾਇਆ, ਗੱਡੀ 'ਚ ਬਿਠਾਇਆ ਪੁਲਿਸ ਵਾਲਿਆਂ ਨੇ। ਬਿਠਾ ਕੇ ਕੀ ਕੀਤਾ ਗਿਆ ਤੁਹਾਨੂੰ? ਬਿਠਾ ਕੇ ਕਹਿੰਦੇ ਬੈਠੋ, ਫਿਰ ਸਾਰੀਆਂ ਦੁਕਾਨਾਂ 'ਤੇ ਗੇੜੇ ਮਾਰੇ ਜਿਨ੍ਹਾਂ ਨੇ ਖੁੱਲੀ ਦੀ ਚੱਕੀ ਗਏ। ਉਦੋਂ ਬਾਅਦ 'ਚ ਸੰਗਰੂਰ ਵਾਲੇ ਅੱਡੇ ਤੋਂ 2 ਸੋਕੀ ਸੀਗਾ, ਇੱਕ ਨਾਲ ਉਹਦੇ ਹੈਪੀ ਸੀਗਾ, ਉਹਨਾਂ ਨੇ ਥੱਪੜ ਲਾਏ ਨੇ ਸਾਡੇ ਸਾਹਮਣੇ। ਕਿੰਨੇ ਬੰਦੇ ਸੀ ਤੁਸੀਂ ਜਿਨ੍ਹਾਂ ਨੂੰ ਕੁੱਟਿਆ ਗਿਆ? ਕੁੱਟੇ ਤਕਰੀਬਨ 7-8 ਜਾਣੇ ਕੁੱਟੇ ਗਏ ਨੇ, ਬਾਕੀ ਜਿਨ੍ਹਾਂ ਨੂੰ ਸਾਨੂੰ ਪਹਿਲਾਂ ਬਿਠਾਇਆ ਤੇ ਉਹਨਾਂ ਨੂੰ ਕੁਛ ਨਹੀਂ ਕਿਹਾ ਗਿਆ, ਉਹਨਾਂ ਨੂੰ ਡਾਇਰੈਕਟ ਬਿਠਾ ਲਿਆ ਸੀਗਾ ਵੀਡੀਓ ਬਣਾ ਕੇ ਉਹਨਾਂ ਨੇ, ਅਤੇ ਉਦੋਂ ਬਾਅਦ 'ਚ ਸੰਗਰੂਰ ਵਾਲੇ ਅੱਡੇ ਤੋਂ ਬਲੈਰ ਰੋਡ ਤੱਕ ਜਿਨ੍ਹਾਂ ਨੂੰ ਚੱਕਿਆ ਉੱਥੇ ਕਾਫੀ ਇਕੱਠ ਸੀਗਾ, ਉਹ ਇਸ ਕਰਕੇ ਉੱਥੇ ਉਹਨਾਂ ਨੇ ਥੱਪੜ ਨਹੀਂ ਚੱਕਿਆ। ਕੇਸ਼ਵ ਦੇ ਹੋਟਲ ਮੂਹਰੇ ਇੱਕ ਜਵਾਕ ਸੀਗਾ ਜਾਂਦਿਆਂ ਸਾਰ, ਉਹਦੇ ਥੱਪੜ ਲਾਏ ਅਤੇ 2 ਬਜ਼ੁਰਗ ਔਰਤਾਂ ਵੀ ਖੜੀਆਂ ਅਤੇ ਉਹ ਜੂਸ ਛੱਡ ਕੇ ਹੀ ਭੱਜ ਗਈਆਂ ਅਤੇ ਉਹ ਜਵਾਕ ਵੀ ਭੱਜ ਗਿਆ, ਅਤੇ ਉਦੋਂ ਬਾਅਦ 'ਚ ਬਲੈਰ ਰੋਡ ਤੋਂ ਚੱਕਿਆ, ਫਿਰ ਥਾਣੇ 'ਚ ਜਦੋਂ ਗੱਡੀ ਰੁਕੀ ਹੈਗੀ ਉਸ ਤੋਂ ਬਾਅਦ ਉਹਨਾਂ ਨੇ ਫਿਰ ਜਿਹੜਾ ਵੀ ਉੱਤਰ ਰਿਹਾ ਸੀ, ਇੱਕ ਆਈਸਕ੍ਰੀਮ ਵਾਲਾ ਰੇਹੜੀ ਵਾਲਾ ਖੜਾ ਸੀ, ਉਹਦੀ ਰੇਹੜੀ ਬੰਦ ਸੀ ਬਿਲਕੁਲ, ਆਹ ਬੀਪੀ ਸਿੰਘ ਦੀ ਕੋਠੀ ਕੋਲੇ ਉਹ ਵਿਚਾਰਾ ਖੜਿਆ ਸੀ ਬਿਲਕੁਲ, ਜਿਹੜੇ ਫਰੂਟ ਵਾਲੇ ਤੇ ਗਏ ਕੁਛ ਕੁ ਸੱਟ ਸਿੱਟ ਕੇ ਭੱਜ ਗਏ ਸੀਗੇ। ਜਿਹੜੇ ਬੰਦੇ ਚੱਕੇ ਨੇ ਉਹਨਾਂ ਦੇ ਕੋਈ ਕਾਨੂੰਨੀ ਕਾਰਵਾਈ ਕੀਤੀ ਗਈ ਉਹਨਾਂ ਦੇ ਵੱਲੋਂ? ਉਹਨਾਂ ਨੇ ਇਕੱਲੀ ਸਿਰਫ ਉਹਨਾਂ ਨੇ ਸਟੇਟਮੈਂਟ ਆਪਦਾ ਨਾਮ ਵਗੈਰਾ ਲਿਖਿਆ ਗਾ ਅਤੇ ਕਹਿੰਦੇ ਕੱਲ੍ਹ ਨੂੰ ਵੀ ਤੁਸੀਂ ਜੇ ਇੱਦਾਂ ਕਰੋਗੇ ਤਾਂ ਤੁਹਾਡੇ 'ਤੇ ਹੋਰ ਵੀ ਜ਼ਿਆਦਾ ਸਖਤ ਆਈ ਹੋਊ। ਉੱਧਰ ਇਸ ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਉਹਨਾਂ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਕਿ ਜੋ ਵੀ ਆਰੋਪੀ ਨੇ ਉਹਨਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ, ਜਿਸ ਤੋਂ ਬਾਅਦ ਦੁਕਾਨਦਾਰਾਂ ਵੱਲੋਂ ਆਪਣਾ ਧਰਨਾ ਪ੍ਰਦਰਸ਼ਨ ਖਤਮ ਕੀਤਾ ਗਿਆ। ਇਹਦਾ ਸਰ ਟਾਈਮ ਹੈਗਾ ਗਾ ਸਵੇਰੇ 5 ਵਜੇ ਤੋਂ ਲੈ ਕੇ 9 ਵਜੇ ਤੱਕ,
उस तो बाद इन्हों का टाइम हैगा 2 to 4 PM तक। इन्हों की डिमांड सी भी सानू जो टाइम हैगा कंटिन्यू 2 PM तक दिता जाए। इन्हों के प्रधान ने जोड़े रेहड़ी एसोसीएशन के प्रधान ने मिस्टर जीत सिंह, जीत सिंह मैं कल थाने बुलाया सीगा, थाने बुला के उन्होंने कहा भी ये जी ये रिलैक्सेशन बधाई है या घटाई है SDM साहब के अख्तियार है, तुम मेरे को सवेरे 10 PM आ जाओ, मैं थोड़ी SDM साहब ने मीटिंग करवा दिना, जो आप अलाओ करे तो उस तरह टाइम घटाया बधाया जाएगा। परंतु इन्होंने वो जीत सिंह की गल सुनी है या नहीं सुनी, जो इन्होंने इनू कन्वे किया, इन्होंने अज जो है टाइम घटा बधाने लिए भी सानू पुलिस प्रशासन जोड़ा है साड़िया दुकाना बंद करा है, वो संबंध में इन्होंने अज जी है अपन रोस मुजहरा किया है बलियाल कट्टे। सर जी पुलिस के मुलाजमान वालों जी मतलब भत्ती शब्दावली जी कुटमार ये जायज़ है? सर ये बिल्कुल जायज़ नहीं। जे किसी को मैं इस सारे उसे धरने दौरान इन्होंने ये गल कही भी जे तुहानू किसी ने कोई माड़ा बोलिया जां तुहानू कोई मिसबिहेव किया तो उसके संबंधी तुम कंप्लेट मैनू दे सकते हो, मेरे DSP साहब नू दे सकते हो, उस तो बाद मेरे SSP साहब बैठे ने उन्होंने दे सकते जे किसी को कंप्लेट आ, पर मैंने अजे तक इन्होंने कोई कंप्लेट नहीं दी है, किसी भी पुछो भी जी कोई कंप्लेट की हो। मैं पंजाब के बख बख हल्कों के जो कंप्लेटा आ रही ने इदा धक्के साई दी, पर जो पुलिस की इदा ददायत जिम्मे इतने थाने के मुखी हो हदायत नहीं कर सकते भी किसी का कोई मिसबिहेव ना हो? बिल्कुल जी बिल्कुल करते हैं, इन्हों भी समय समय से आके गाइड करते हैं। सैकेंडली अपने मुलाजमान भी करते हैं, यहोजी गल मेरे अजे तक नोट्स नहीं आई, तुम्हें दसिया ये आए से सज्जन, परंतु इन्होंने किसी ने कोई मेरे को अच्छे तक कंप्लेट नहीं की है, किसी ने मिसबिहेव किया, परंतु थोड़े बाद मेरा मैंने पता लगे जे किसी हो अपनी कम लिखती रूप से कंप्लेट देन तो वे खिलाफ़ कार्रवाई की जाए। 15 कुटमार हो जाए? बिल्कुल नहीं जी बिल्कुल नहीं, आके कंप्लेट दो जी जो किसी तेजे ना कम हो। भवानीगढ़ तो लवली कौशल की रिपोर्ट। रफीक मोहम्मद सारिया थावां तों मायूस अते निराश होण वाले एक बार फोन जरूर करो, जिवें चाहोगे ओवें होएगा। इट्स माय प्रॉमिस इमीडिएटली रिजल्ट ओपन चैलेंज, इल्मा दे माहिर A to Z समस्यावां फोन ते घर बैठे करवाओ हल, वशीकरण अते मुठ करनी लव मैरिज सौतन अते दुश्मन तों छुटकारा पक्का काम पक्का हल 101% गारंटी। सब तों पहलां काम करन दा वायदा, नौकरी प्रमोशन कारोबार च परेशानी, घर च झगड़ा कोर्ट केस तलाक प्रॉपर्टी झगड़ा, पति पत्नी छनबन जादू टोणा, मनमोहणी वशीकरण करवाओ जां तुड़वाओ, रुस्से नूं मनाउणा, मोबाइल 84 374 94 384 348। पंडित राधे शर्मा चमत्कार होंदे वेखो अपनी अखां दे सामने, 24 घंटे विच पाओ हर परेशानी दा हल, मुसलमानी रूहानी ते काले इलम दे बादशाह, मेरे कीते नू मेरे तो इलावा कोई कट नहीं सकदा, मोड़ी वशीकरण करवाओ, मनचाहा प्यार पाओ, लव मैरिज सौतन दुश्मन तो छुटकारा, तलाक केस जमीनी झगड़ा, नौकरी कारोबार च रुकावट, विदेश यात्रा, लॉटरी तो तुहानू मिलेगा जां नहीं सच्चाई जानो, लॉटरी नंबर पाओ 649 होवे जां लोटोमैक्स, तुहाडी हर गल 100% गुप्त रखी जावेगी, प्यार विच धोखा खाए प्रेमी प्रेमिका एक बार जरूर मिलो, मैं तुहाडा प्यार टुटन नहीं देवांगा, मोबाइल 98 788 045 88 637। देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स।